ਅਸੀਂ ਲੋਕ ਸਭਾ ਹਲਕਾ ਸੰਗਰੂਰ ਦੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ਼੍ਰੀ ਮਦਨ ਪੱਟੀ ਦੇ ਕੋਲ ਬੈਠੇ ਆ ਆਓ ਇਹਨਾਂ ਨਾਲ ਗੱਲ ਕਰਦੇ ਆ ਲੋਕ ਸਭਾ ਹਲਕਾ ਸੰਗਰੂਰ ਬਾਰੇ ਪੱਟੀ ਸਾਹਿਬ ਤੁਹਾਡਾ ਜੀ ਦੀ ਵੈਬ ਚੈਨਲ ਵਿੱਚ ਸਵਾਗਤ ਹੈ ਹਾਂਜੀ ਮੈਂ ਮਦਨ ਪੱਟੀ ਹਲਕਾ ਸੰਗਰੂਰ ਤੋਂ ਬਹੁਜਨ ਸਮਾਜ ਪਾਰਟੀ ਕੈਂਡੀਡੇਟ ਜੀ ਜੋ ਸਾਡੇ ਭੈਣ ਜੀ ਹੁਣੀ ਮੇਰੇ ਨੂੰ ਮਾਣ ਬਹੁਤ ਵੱਡਾ ਬਖਸ਼ਿਆ ਮੈਂ ਉਹਨਾਂ ਦੇ ਪੂਰਾ ਪੂਰਾ ਜੋ ਉਹਨੇ ਮੈਨੂੰ ਇਹਤੇ ਲਗਾਇਆ ਗਿਆ ਹੈ ਮੈਂ ਪੂਰਾ ਉਤਰਾਂਗਾ ਤੁਸੀਂ ਆਪਣੇ ਬਾਰੇ ਸੰਖੇਪ ਜਾਣਕਾਰੀ ਦਿਓ ਤੁਹਾਡੀ ਪੋਲੀਟੀਕਲ ਲਾਈਫ ਕਿੱਦਾਂ ਸ਼ੁਰੂ ਹੋਈ ਦੇਖੋ ਮੈਂ ਇੱਕ ਆਮ ਵਰਕਰ ਸੀ ਆਮ ਵਰਕਰ ਦੇ ਵਿੱਚੋਂ ਮੈਨੂੰ ਉਠਾ ਕੇ ਜਿਸ ਤਰ੍ਹਾਂ ਮੈਂ ਪੰਜਾਬ ਦੇ ਵਿੱਚ ਜਾਂ BSP ਦੇ ਵਿੱਚ 1984 ਤੋਂ ਚੱਲਦਾ ਆ ਰਿਹਾ ਸਾਡਾ ਪਰਿਵਾਰ ਪੂਰਾ ਚੱਲਦਾ ਆ ਰਿਹਾ ਸੀ ਇਸ ਚ ਅਸੀਂ ਸ਼ੁਰੂ ਤੋਂ ਲੈ ਕੇ ਹੀ BSP ਦੇ ਵਿੱਚ ਚੱਲਦੇ ਆ ਰਹੇ ਹਾਂ ਜਦ ਤੇ ਅਸੀਂ ਸਾਈਕਲਾਂ ਤੇ ਰੈਲੀਆਂ ਤੇ ਜਾ ਰਹੇ ਸੀ ਸਭ ਕੁਝ ਜਾ ਰਿਹਾ ਇਸ ਟਾਈਮ ਮੈਂ ਹੁਣ ਤੱਕ ਦਾ ਮੈਂ ਕੋਈ ਵੀ ਅਹੁਦਾ ਨਹੀਂ ਸੀ ਭੈਣ ਜੀ ਹੁਣੀ ਮੈਨੂੰ ਇੱਕ ਆਮ ਆਦਮੀ ਚੋਂ ਆਮ ਇਨਸਾਨ ਉੱਤੋਂ ਉਧਰੋਂ ਚੱਕ ਕੇ ਇੱਧਰ ਭੇਜਿਆ ਗਿਆ ਔਰ ਹਲਕਾ ਸੰਗਰੂਰ ਦੇ ਵਿੱਚੋਂ ਲੜਨ ਵਾਸਤੇ ਜੋ ਥਾਪੜਾ ਦੇ ਕੇ ਭੇਜਿਆ ਮੈਂ ਭੈਣ ਜੀ ਹੁਣਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਪੋਲਿਟਿਕਸ ਵਿੱਚ ਆਉਣ ਦਾ ਮਕਸਦ ਕੀ ਸੀ ਦੇਖੋ ਮਕਸਦ ਜਿਹੜਾ ਹੁਣ ਜਿਸ ਤਰ੍ਹਾਂ ਸਾਡਾ ਦਲਦ ਭਾਈਚਾਰਾ ਆ ਜਾਂ ਸਾਡਾ ਗਰੀਬ ਕਿਸਾਨ ਹੈ ਗਰੀਬ ਹਰ ਇੱਕ ਜੋ ਕਿ ਇਸ ਟਾਈਮ ਨਸ਼ਿਆਂ ਦੇ ਵੱਲ ਕਿਸ ਤਰ੍ਹਾਂ ਧਕੇਲੇ ਜਾ ਰਹੇ ਨੇ ਆ ਦੇਖੀ ਲਓ ਤੁਸੀਂ ਇੱਕ ਆ ਦੇਖੋ ਇੱਕ ਇਮਾਰਤ ਦੇਖੋ ਆਮਾਰਤ ਜਿਹੜੀ ਹੈ ਕਿਸ ਤਰ੍ਹਾਂ ਇਹ ਆਪਣੇ ਇਹ ਕਿਸ ਤਰ੍ਹਾਂ ਇਹਦੇ ਹਾਲਤ ਹੋਈ ਹੈ ਇੱਕ ਇੱਕ ਮੈਂ ਹੀ ਇਹ ਆ ਮੈਂ ਹੀ ਸੋਚਿਆ ਕਿ ਮੈਂ ਹੀ ਇਸ ਵਰਗ ਨਾਲ ਸੰਬੰਧ ਰੱਖਦਾ ਔਰ ਮੈਂ ਹੀ ਇਹ ਚੰਗੇ ਤਰੀਕੇ ਨਾਲ ਇਹਨਾਂ ਨੂੰ ਗਾਈਡ ਕਰ ਸਕਦਾ ਜਿਸ ਹਾਲ ਕਿ ਤੁਸੀਂ ਇਲੈਕਸ਼ਨ ਲੜ ਰਹੇ ਹੋ ਕਿਹੜੀਆਂ ਪੰਜ ਸਮੱਸਿਆਵਾਂ ਜਿਹਨਾਂ ਨੂੰ ਤੁਸੀਂ ਹੱਲ ਕਰਨਾ ਚਾਹੋਗੇ ਦੇਖੋ ਜਿਸ ਤਰ੍ਹਾਂ ਕਿ ਮੈਂ ਤਾਂ ਹੁਣ ਆ ਹੀ ਰਿਹਾ ਸੀਗਾ ਔਰ ਰੋਡ ਹੀ ਨਹੀਂ ਸੇਫ ਰੋਡ ਇਸ ਬਿਲਕੁਲ ਟੁੱਟੇ ਭਜੇ ਰੋਡ ਨੇ ਔਰ ਕੁਝ ਇਸਤਾਂ ਦੀ ਪੋਜੀਸ਼ਨਾਂ ਨੇ ਔਰ ਮੇਨ ਇਹ ਆ ਸਾਡੇ ਜੋ ਪਿੰਡ ਪਿੰਡ ਦੇ ਵਿੱਚ ਬੱਚੇ ਸਾਡਾ ਬੱਚਾ ਪੜਨ ਦੇ ਵਾਸਤੇ ਜੋ ਪੜ੍ਹਾਈ ਵਾਸਤੇ ਆ ਉਹਨੂੰ ਐਜੂਕੇਸ਼ਨ ਉੱਤੇ ਚੱਕਾਂਗਾ ਪਲੱਸ ਨਾਲ ਪਹਿਲਾਂ ਨਾਲ ਰੋਡ ਤਿਆਰ ਕਰਵਾਵਾਂਗੇ ਨਾਲ ਪਲੱਸ ਜੋ ਸਾਡੀਆਂ ਲੜਕੀਆਂ ਐ ਲੜਕੀਆਂ ਸੇਫ ਨਹੀਂ ਐ ਬੱਚੇ ਸਾਡੇ ਸੇਫ ਨਹੀਂ ਐ ਉਹਨਾਂ ਦੇ ਪ੍ਰਬੰਧ ਬਾਰੇ ਵੀ ਮੈਂ ਕੋਸ਼ ਪੂਰੀ ਕੋਸ਼ਿਸ਼ ਕਰਾਂਗਾ ਬਾਕੀ ਜੋ ਸਾਡੇ ਮੈਨੂੰ ਜੇਕਰ ਇਹਨਾਂ ਦਾ ਪੂਰਾ ਸਹਿਯੋਗ ਮਿਲਦਾ ਵਰਕਰ ਦਾ ਸਾਡਾ ਜੋ ਸਾਡਾ ਸਹਿਯੋਗ ਮਿਲਦਾ ਕਿ ਮੈਂ ਪੂਰਾ ਉਤਰਾਂ ਔਰ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਪੂਰਾ ਮੁੱਤਰ ਪਾਵਾਂਗਾ ਪੱਟੀ ਜੀ ਪੰਜਾਬ ਦੀਆਂ ਕਿਹੜੀਆਂ ਸਮੱਸਿਆਵਾਂ ਐ ਜਿਨ੍ਹਾਂ ਤੁਸੀਂ ਤਰਜੀਹੀ ਤੌਰ ਤੇ ਹੱਲ ਕਰਨਾ ਚਾਹੋਗੇ ਜੇ ਇਹ ਲੋਕਾਂ ਨੇ ਤੁਹਾਨੂੰ ਚੋਣ ਲਿਆ ਦੇਖੋ ਤੁਸੀਂ ਨੋਟ ਕਰਦੇ ਹੋ ਕਹਿੰਦੇ ਵੀ 5 ਸਾਲ ਐਮਪੀ ਵਧਦਾ ਹੀ ਨਹੀਂ ਪਹਿਲ ਦੇ ਆਧਾਰ ਤੇ ਮੈਂ ਹਰ ਇੱਕ ਦੀ ਸਮੱਸਿਆ ਸੁਣਾਗਾ ਪਹਿਲ ਦੇ ਆਧਾਰ ਤੇ ਮੈਂ ਇੱਕ ਆਫਿਸ ਬਣਾ ਕੇ ਬਧੀਆ ਤਰੀਕੇ ਨਾਲ ਹਰ ਇੱਕ ਹਲਕੇ ਵਾਈਟ ਉੱਥੇ ਇਹਨਾਂ ਦੀਆਂ ਸਮੱਸਿਆ ਮੈਂ ਖੁਦ ਸੁਣ ਜਾਵਾਂਗਾ ਜੋ ਪ੍ਰੋਬਲਮ ਹੋਈ ਮੌਕੇ ਤੇ ਉਹ ਮੈਂ ਪੂਰੀ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗਾ ਔਰ ਪੰਜਾਬ ਦੀਆਂ ਜਿਹੜੀਆਂ ਸਮੱਸਿਆ ਹੈਗੀਆਂ ਦੇਖੋ ਸਮੱਸਿਆ ਤਾਂ ਹਰ ਹਲਕੇ ਦੇ ਵਿੱਚ ਹਰ ਇੱਕ ਸਟੇਟ ਦੇ ਵਿੱਚ ਹਰ ਇੱਕ ਹਰ ਇੱਕ ਏਰੀਆ ਦੇ ਵਿੱਚ ਆ ਪਰ ਜਿਹੜੀ ਸਾਡੀ ਪੰਜਾਬ ਦੀ ਸਮੱਸਿਆ ਹੈਗੀ ਮੇਨ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰੂੰਗਾ ਨਸ਼ਾ ਮੁਕਤ ਕਰਨ ਤੋਂ ਬਾਅਦ ਤੁਸੀਂ ਨੋਟ ਕਰੋ ਆ ਹੁਣ ਸਾਡੀਆਂ ਸਰਕਾਰਾਂ ਕਹਿੰਦੀਆਂ ਜੀ 32 ਰੁਪਏ ਦੇ ਅਮੀਰ ਆਦਮੀ ਆ ਜੇ 32 ਰੁਪਏ ਵਾਲਾ ਅਮੀਰ ਆਦਮੀ ਤਾਂ ਮੈਨੂੰ ਦਿਖਾ ਦੇਵੇ ਜੀ ਕੋਈ ਅਮੀਰ ਹੈਗਾ ਤੰਮੈ ਨੂੰ ਦਿਖਾਲ ਦਿਓ ਜੇ 32 ਰੁਪਏ ਵਾਲਾ امیر ਹੈ ਤਾਂ ਆ ਦਿਖਾਲ ਦੱਸ ਦਿਓ ਜੀ ਕੋਈ ਵੀ ਤੁਸੀਂ ਦੱਸ ਸਕਦੇ ਆ ਜੇ 32 ਰੁਪਏ ਵਾਲਾ امیر ਆ ਤਾਂ ਮੈਂ ਵੀ ਰੋਟੀ ਖਾਲਾਂ ਉਹ ਜਾ ਕੇ 32 ਰੁਪਏ ਚ ਔਰ ਗਰੀਏ ਗੰਡੇ ਆਉਂਦੇ ਨੇ ਜੀ 32 ਇਹ ਤਾਂ ਪਾਈਆ ਗੰਡੇ ਆਉਣਗੇ ਜੀ ਗੱਟ ਨੀਬ ਨੀ ਰਗੜ ਸਕਦੇ ਜੀ ਤੇ ਬਾਕੀ ਜਿਹੜੀਆਂ ਸਮੱਸਿਆਵਾਂ ਪੂਰੀ ਕੋਸ਼ਿਸ਼ ਕਰਾਂਗਾ ਹੱਲ ਕਰਨ ਦੀ ਪੰਜਾਬ ਦੀਆਂ ਕਿਹੜੀਆਂ ਸਮੱਸਿਆਵਾਂ ਜਿਹੜੀ ਤੁਸੀਂ ਹੱਲ ਕਰਨਾ ਚਾਹੋਗੇ ਪੰਜਾਬ ਦੀਆਂ ਦੇਖੋ ਮੈਨੂੰ ਹਲਕਾ ਸੰਗਰੂਰ ਦੇ ਵਿੱਚੋਂ ਵਧੀਆ ਤਰੀਕੇ ਨਾਲ ਜੇਕਰ ਮੈਂ ਸਹਿਯੋਗ ਪੂਰੇ ਦੇ ਨਾਲ ਜਿੱਤ ਕੇ ਉੱਥੇ ਜਾਣਾ ਪਾਰਲੀਮੈਂਟ 'ਚ ਜਾ ਕੇ ਉਹ ਮੈਂ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਵੱਧ ਤੋਂ ਵੱਧ ਸਮੱਸਿਆ ਜੋ ਵੀ ਮੈਨੂੰ ਰਿਟਨ ਚ ਮਿਲਣ ਗਈਆਂ ਜਾਂ ਮੈਨੂੰ ਮੈਨੂੰ ਆਪਣੇ ਆਪ ਮੈਨੂੰ ਕੋਈ ਦਿਖਣ ਗਈਆਂ ਮੈਂ ਜਰੂਰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗਾ ਦੇਸੀ ਕਿਹੜੀ ਸਮੱਸਿਆ ਮੈਂ ਜਿਨ੍ਹਾਂ ਤੁਸੀਂ ਬਤੌਰ ਐਮਪੀ ਹੱਲ ਕਰਨਾ ਚਾਹੋਗੇ ਜੇਕਰ ਮੈਨੂੰ ਪੂਰਾ ਮੌਕਾ ਮਿਲਦਾ ਦੇਸ਼ ਦੇ ਵਿੱਚ ਕੋਈ ਵਧੀਆ ਭੈਣ ਜੀ ਹੋਣੀ ਜਾਂ ਸਾਡੇ ਜਦੋਂ ਪ੍ਰਾਈਮ ਮਿਨਿਸਟਰ ਬਣ ਜਾਂਦੇ ਸਾਡੇ ਤੇ ਮੈਨੂੰ ਪੂਰਾ ਜਿੱਧਰ ਵੀ ਲਗਾਉਣਗੇ ਮੈਂ ਪੂਰੀ ਕੋਸ਼ਿਸ਼ ਦੇ ਨਾਲ ਔਰ ਪੂਰੀ ਕੋਸ਼ਿਸ਼ ਨੰਨ ਮੰਨ ਦੇ ਨਾਲ ਮੈਂ ਪੂਰੀ ਕੋਸ਼ਿਸ਼ ਕਰਾਂਗਾ ਉਹਨਾਂ ਨੂੰ ਜਾਨੀ ਕਿ ਹੱਲ ਕਰਨ ਦੇ ਕਿਹੜੀ ਸਮੱਸਿਆ ਮਾ ਜੀ ਜਿਹੜੇ ਦੇਸ਼ ਦੇ ਅੱਗੇ ਦਰਪੇਸ਼ ਨੇ ਕਿ ਜੋ ਦੇਸ਼ ਦੇ ਅੱਗੇ ਤਾਂ ਜਿਹੜੀਆਂ ਮੇਨ ਹੈਗੀਆਂ ਜਿਸ ਤਰ੍ਹਾਂ ਸਾਡਾ ਚਾਈਨਾ ਆ ਚਾਈਨਾ ਜਿਹੜਾ ਸਾਡਾ ਬਿਲਕੁਲ ਇੱਧਰ ਸਾਰਾ ਸਮਾਨ ਭੇਜਦਾ ਸਭ ਕੁਝ ਜੋ ਕਰਦਾ ਉਹ ਸਾਰਾ ਗੜਬੜ ਪਾਕਿਸਤਾਨ ਤੋਂ ਜੋ ਸਮਾਨ ਆਉਂਦਾ ਉਹ ਸਭ ਗੜਬੜ ਕਰਦਾ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵੀ ਬੰਦ ਕਰਨੇ ਦੀ ਔਰ ਇੱਕ ਤਾਂ ਆਪਣੇ ਭਾਈਚਾਰੇ ਜੋ ਸਾਡੇ ਇੰਡੀਆ ਆ ਇੱਕ ਇੱਕ ਮੁੱਠ ਹੋ ਕੇ ਚੱਲੇ ਪਿਛਲੇ ਕੁਝ ਸਮੇਂ ਤੋਂ ਰੁਝਾਨ ਚੱਲ ਪਿਆ ਹੈ ਸੈਂਟਰ ਦੇ ਵਿੱਚ ਗੱਠ ਛੋੜਦੀਆਂ ਸਰਕਾਰਾਂ ਦਾ ਕੀ ਕੋਈ ਅਜੀਬ ਪਾਰਟੀ ਇੱਕ ਪਾਰਟੀ ਦੀ ਸਰਕਾਰ ਨਹੀਂ ਬਣ ਸਕਦੀ ਜਿਹੜੀ ਸਿਰ ਸਰਕਾਰ ਦੇ ਸਕੇ ਦੇਖੋ ਇਹ ਤਾਂ ਸਾਡੇ ਜਿਹੜੀ ਪਬਲਿਕ ਹੈ ਉਹ ਸਾਡੇ ਸਹਿਯੋਗ ਦੇ ਨਾਲ ਹੀ ਚੱਲ ਸਕਦੀ ਹੈ ਪਬਲਿਕ ਦੀ ਸਹਿਯੋਗ ਦੇ ਨਾਲ ਹੀ ਚੱਲ ਸਕਦਾ ਸਾਰਾ ਕੁਝ ਇੱਕ ਪਾਰਟੀ ਨੂੰ ਜੇ ਖੜਾ ਕਰ ਦਿਓ ਉਹ 5 ਸਾਲ ਰਾਜ ਕਰੇਗੀ ਔਰ ਨਾ ਕਿ ਇਹਨਾਂ ਦੇ ਪਬਲਿਕ ਦੇ ਉੱਤੇ ਨਾ ਸਾਡੇ ਤੇ ਨਾ ਕਿਸੇ ਦੇ ਬੋਝ ਪਏਗਾ ਦੁਬਾਰਾ ਜੇ ਦੁਬਾਰਾ ਬੋਝ ਪਏਗਾ ਤਾਂ ਫਿਰ ਦੁਬਾਰਾ ਸਾਡਾ ਗਰੀਬ ਟੱਪਕਾ ਜਾਂ ਕੋਈ ਕਿਸਾਨ ਗਰੀਬ ਜਾਂ ਸਾਰਾ ਕੁਝ ਉਹਨਾਂ ਵਾਸਤੇ ਮੁਸ਼ਕਲ ਖੜੀ ਹੋ ਜਾਏਗੀ ਪੱਟੀ ਸਾਹਿਬ ਅਜੀਤ ਵੈਬ ਚੈਨਲ ਲਈ ਇੰਟਰਵਿਊ ਦੇਣ ਵਾਸਤੇ ਸਮਾਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ